ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਨਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਏ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ ਇੰਟੈਲੀਜੈਂਸ ਬਿਊਰੋ ਖੁਫੀਆ ਵਿਭਾਗ ਦੇ ਵਿੱਚ ਵੈਕੈਂਸੀਜ਼ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਕਿਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੇ ਤੁਹਾਨੂੰ ਮੈਂ ਦਵਾਂਗਾ ਸੋ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੇ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਹੋਰ ਬਹੁਤ ਸਾਰੀ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟਸ ਦੇ ਲਈ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਨੂੰ ਸ਼ੇਅਰ ਕਰਦੇ ਆ ਜੀ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਉਹ ਆਊਟ ਕੀਤਾ ਗਿਆ ਇੰਟੈਲੀਜੈਂਸ ਬਿਊਰੋ ਵੱਲੋਂ ਠੀਕ ਹੈ ਜੀ ਜਿਸ ਦੇ ਲਈ 올 ਇੰਡੀਆ ਕੈਂਡੀਡੇਟ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਤੁਸੀਂ ਇਹਦੇ ਲਈ ਆਨਲਾਈਨ ਜਿਹੜਾ ਜੀ ਅਪਲਾਈ ਕਰਨਾ ਹੋਏਗਾ ਕੋਈ ਵੀ ਅਦਰ ਮੋਡ ਜਿਹੜਾ ਜੀ ਅਪਲਾਈ ਕਰਨ ਦਾ ਉਹ ਨਹੀਂ ਹੈ ਇਸ ਦੇ ਵਿੱਚ ਐਪਲੀਕੇਸ਼ਨ ਫੀ ਦੀ ਅਗਰ ਮੈਂ ਗੱਲ ਕਰਾਂ ਇਸ ਦੇ ਵਿੱਚ ਤੁਹਾਡੇ ਜਨਰਲ OBC EWS ਦੇ ਲਈ ਜਿਹੜੇ ਨੇ 50+450 ਰੁਪੀਸ ਤੁਹਾਨੂੰ ਪੇ ਕਰਨੇ ਨੇ ਜੋ ਕਿ ਟੋਟਲ 500 ਰੁਪੀਸ ਬਣਦੇ ਨੇ ਇਹਦੇ ਲਈ SC ST ਵਾਲੇ ਕੈਂਡੀਡੇਟ ਲਈ 50 ਰੁਪੀਸ ਜਿਹੜੇ ਨੇ ਤੁਸੀ ਐਪਲੀਕੇਸ਼ਨ ਫੀ ਪੇ ਕਰਨੀ ਹੋਊਗੀ ਇਸ ਦੇ ਵਿੱਚ ਟੋਟਲ 7 ਪੋਸਟਾਂ ਜਿਹੜੀਆਂ ਨੇ ਇੰਟੈਲੀਜੈਂਸ ਬਿਊਰੋ ਦੇ ਵਿੱਚ ਆਊਟ ਕੀਤੀਆਂ ਗਈਆਂ ਨੇ ਜਿਹੜੇ ਕਿ ਜੀਆਈਓ ਦੀਆਂ ਨੇ ਟੈਕਨੀਕਲ ਦੀਆਂ ਜਿਸ ਦੇ ਵਿੱਚ ਮਿਨੀਮਮ 18 ਤੋਂ ਲੈ ਕੇ 27 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ ਇਸ ਤੋਂ ਪਤਾ ਲੱਗਦਾ ਇੱਕ ਤੁਹਾਡਾ ਇਹਦੇ ਲਈ ਫ੍ਰੈਸ਼ਰਸ ਕੈਂਡੀਡੇਟ ਰਿਕੁਆਇਰਡ ਨੇ ਕੋਈ ਵੀ ਪ੍ਰੀਅਰ ਐਕਸਪੀਰੀਅੰਸ ਤੁਹਾਡਾ ਜਿਹੜਾ ਹੈ ਜੀ ਇਸ ਦੇ ਵਿੱਚ ਉਹ ਨਹੀਂ ਮੰਗਿਆ ਗਿਆ ਸੋ ਤੁਸੀਂ ਅਗਰ ਕੁਆਲੀਫਿਕੇਸ਼ਨ ਫੁੱਲਫਿਲ ਕਰਦੇ ਹੋ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਇਸ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ 797 ਪੋਸਟਾਂ ਟੋਟਲ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਔਰ ਇਸ ਦੇ ਵਿੱਚ ਅਗਰ ਮ 3500 ਤੋਂ ਲੈ ਕੇ 81 100 ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਇਹ ਤੁਹਾਡੀ ਫਰਸਟ ਜਿਹੜੀ ਹੈ ਜੀ ਸਟਾਰਟਿੰਗ ਜਿਹੜੀ ਸੈਲਰੀ ਉਹ 25500 ਰਹੇਗੀ ਤੇ ਟਾਈਮ ਟੂ ਟਾਈਮ ਵੱਧਦੀ ਰਹੇਗੀ ਔਰ ਇਸ ਦੇ ਵਿੱਚ ਤੁਹਾਨੂੰ ਸਪੈਸ਼ਲ ਸਿਕਿਉਰਿਟੀ ਅਲਾਉਂਸ ਜਿਹੜਾ ਹੈ 20% ਤੁਹਾਡੇ ਸੈਲਰੀ ਦਾ ਜਿਹੜਾ ਉਹ ਤੁਹਾਨੂੰ ਦਿੱਤਾ ਜਾਵੇਗਾ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਇਸ ਵਿੱਚ ਕੁਆਲੀਫਿਕੇਸ਼ਨ ਜਿਹੜੀ ਹੈ ਡਿਪਲੋਮਾ ਤੁਸੀਂ ਕੀਤਾ ਹੋਇਆ ਹੈ ਰੈਲੇਵੈਂਟ ਡਿਸਪਲਨ ਦੇ ਵਿੱਚ ਇੰਜੀਨੀਅਰਿੰਗ ਕੀਤੀ ਹੋਈ ਹੈ ਬੈਚਲੋਰ ਆਫ ਡਿਗਰੀ ਕੀਤੀ ਹੋਈ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਰੈਲੇਵੈਂਟ ਡਿਸਪਲਨ ਦੇ ਵਿੱਚ ਇਸੇ ਤੋਂ ਬਾਅਦ ਗ ਦੇ ਲਈ ਹੈ ਇੱਕ ਤੁਹਾਡਾ ਕੰਬਾਈਨਡ ਰੀਬੀਜ਼ ਦਾ ਟੈਸਟ ਹੋਏਗਾ ਉਹਦੇ ਬੇਸਿਸ ਤੇ ਹੋਣੀ ਹੈ ਜੀ ਉਸ ਤੋਂ ਬਾਅਦ ਨੈਕਸਟ ਤੁਹਾਡੀ ਸਕਿੱਲ ਟੈਸਟ ਹੋਏਗੀ ਸੈਕੰਡ ਰਾਉਂਡ ਦੇ ਵਿੱਚ ਤੇ ਥਰਡ ਤੁਹਾਡਾ ਜਿਹੜਾ ਜੀ ਇੰਟਰਵਿਊ ਰਾਉਂਡ ਰਹੇਗਾ ਉਹ ਇਹਨਾਂ ਨੇ ਮੈਂਸ਼ਨ ਵੀ ਕੀਤਾ ਹੋਇਆ ਤੁਸੀਂ ਚੈੱਕ ਵੀ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਤੇ ਉਸ ਤੋਂ ਲਿੰਕ ਕੁਝ ਹੋਰ ਵੀ ਨੋਟੀਫਿਕੇਸ਼ਨਾਂ ਦੇ ਦਿੱਤੇ ਹੋਏ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ ਅਪਲਾਈ ਕਰਨ ਦੇ ਲਈ ਔਰ ਪਲੱਸ ਪੀਡੀਐਫ ਦੇ ਲਈ ਮੈਂ ਲਿੰਕ ਤੁਹਾਨੂੰ ਦੇ ਦਿੱਤੇ ਨੇ ਦੋਨੇ ਜਿਹੜਾ ਅਪਲਾਈ ਕਰਨਾ ਹੈ 3 6 2023 ਤੋਂ ਸਟਾਰਟ ਹੋਏਗਾ 29 6 2023 ਤੱਕ ਤੁਸੀਂ ਇਹਦੇ ਲਈ ਅ ਸ਼ੁਰੂ ਨਹੀਂ ਹੋਇਆ ਸ਼ਾਰਟ ਨੋਟੀਫਿਕੇਸ਼ਨ ਆਇਆ ਜਿਹੜਾ ਕਿ ਤੁਸੀਂ ਇੱਥੇ ਡਾਊਨਲੋਡ ਕਰਕੇ ਚੈੱਕ ਕਰ ਸਕਦੇ ਹੋ ਉਹ ਤੁਸੀਂ ਡਾਊਨਲੋਡ ਕਰੋਗੇ ਤੁਹਾਡੇ ਕੋਲ ਪੀਡੀਐਫ ਜਿਹੜੀ ਹੈ ਜੀ ਓਪਨ ਹੋ ਜਾਵੇਗੀ ਇਸ ਪੀਡੀਐਫ ਦੇ ਵਿੱਚ ਤੁਸੀਂ ਸਾਰੀ ਡਿਟੇਲ ਜਿਹੜੀਆਂ ਨੇ ਉਹ ਦੇਖ ਸਕਦੇ ਹੋ ਇਹ ਨੋਟੀਫਿਕੇਸ਼ਨ ਮਿਨਿਸਟਰੀ ਆਫ ਹੋਮ ਅਫੇਅਰ ਵੱਲੋਂ ਡਾਊਨਲੋਡ ਹੈ ਜੀ ਭੇਜਿਆ ਗਿਆ ਹੈ ਨੋਟੀਫਿਕੇਸ਼ਨ ਇੰਟੈਲੀਜ ਆਫ ਬਿਊਰੋ ਦਾ ਜਿਸ ਦੇ ਵਿੱਚ ਤੁਸੀਂ ਸਾਰੀ ਡਿਟੇਲਸ ਜਿਹੜੀਆਂ ਨੇ ਪ੍ਰੋਪਰ ਪੜ ਸਕਦੇ ਹੋ ਜੀ ਕਵਾਲੀਫਿਕੇਸ਼ਨ ਤੋਂ ਲੈ ਕੇ ਹਰ ਇੱਕ ਚੀਜ਼ ਜਿਹੜੀ ਇੱਥੇ ਮੈਂਸ਼ਨਡ ਹੈ ਸੋ ਤੁਸੀਂ ਚੈੱਕ ਕਰ ਲੈਣਾ ਜੀ ਇਸ ਦੇ ਵਿੱਚ ਏ ਰੈਲੈਕਸੇਸ਼ਨ ਵੀ ਦਿੱਤੀ ਜਾਵੇਗੀ ਜੋ ਕਿ ਐਸ ਪਰ ਗਵਰਨਮੈਂਟ ਨੋਰਮ ਤੁਹਾਨੂੰ ਜਿਹੜੀ ਹੈ ਜੀ ਉਹ ਲਵੇਗੀ ਇਸ ਦੇ ਨਾਲ ਨੈਕਸਟ ਅਗਰ ਗੱਲ ਕਰੀਏ ਜਿਹੜਾ ਤੁਸੀਂ ਆਨਲਾਈਨ ਜਿਹੜਾ ਦੇਣਾ ਹੈ ਟੈਸਟ ਉਹ 100 ਕੁਐਸਚਨਸ ਦਾ ਰਹੇਗਾ ਜਨਰਲ 멘ਟਲ ਅਬਿਲਿਟੀ 25% ਕੰਬੀਨੇਸ਼ਨ ਸਬਜੈਕਟ ਤੁਹਾਡੇ ਜਿਹੜੇ ਹੋਣਗੇ ਏਸੈਂਸ਼ੀਅਲ ਉਹ 75% ਰਹਿਣਗੇ ਨੈਗੇਟਿਵ ਮਾਰਕਿੰਗ 1/4 ਜਿਹੜੀ ਹੈ ਤੁਹਾਡੀ ਰਹਿਣ ਵਾਲੀ ਹੈ ਉਸ ਤੋਂ ਬਾਅਦ ਸਕਿਲ ਟੈਸਟ ਹੋਏਗਾ ਜਿਹੜਾ ਕਿ 30 ਮਾਰਕਸ ਦਾ ਹੋਏਗਾ ਤੇ ਗੱਲ ਕਰਨੀ ਸਾਰੀ ਡਿਟੇਲ ਇੱਥੇ ਮੈਂਸ਼ਨ ਨੇ ncs.gov.in ਤੇ ਜਾਂ ਫਿਰ mha.gov.in ਤੇ ਜਾ ਕੇ ਤੁਸੀਂ ਉਹਦੇ ਲਈ ਅਪਲਾਈ ਕਰਨਾ ਹੋਵੇਗਾ ਸੋ ਲਿੰਕ ਡਿਸਕ੍ਰਿਪਸ਼ਨ ਚ ਨੇ ਚੈੱਕ ਕਰਕੇ ਜ਼ਰੂਰ ਅਪਲਾਈ ਕਰ ਲਿਓ ਫਿਰ ਵੀ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਊਗਾ ਕਮੈਂਟ ਬਾਕਸ ਚ ਕਮੈਂਟ ਕਰਕੇ ਦੱਸ ਸਕਦੇ ਹਾਂ ਇਹ ਸੀਗਾ ਜੀ ਅਸ ਦਾ ਨੋਟੀਫਿਕੇਸ਼ਨ ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ